ਪਟਿਆਲਾ ਦੀ राजीव गांधी नेशनल यूनिवर्सिटी ऑफ लॉ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਪੰਜਾਬ ਪ੍ਰਦੂਸ਼ਣ ਰੋਕथाम बोर्ड ਦੇ ਸਹਿਯੋਗ ਨਾਲ ਵਾਤਾਵਰਣ ਦੇ ਵਿਗੜ, ਸਮਾਜਿਕ ਤਬਦੀਲੀ, ਵਿਕਾਸ ਅਤੇ ਨੌਜਵਾਨ ਵਿਸ਼ੇ ਤੇ ਨੈਟਕਨ ਯੂਥ ਦੇ ਰੋਜ਼ਾ ਕੌਮੀ ਕਾਨਫਰੰਸ ਕਰਵਾਈ ਜਾ ਰਹੀ ਹੈ। ਅੱਜ ਤੱਕ ਚੱਲਣ ਵਾਲੀ ਇਸ ਕੌਮੀ ਕਾਨਫਰੰਸ ਦਾ ਉਦਘਾਟਨ ਸੂਬੇ ਦੇ ਉ체ਰੀ ਸਿਖਿਆ ਅਤੇ ਪਛਾਵਾਂ ਵਿਭਾਗ ਦੇ ਪ੍ਰਬੰਧਕ ਇਸ ਕਤਰ ਕਮਲਕਿਸ਼ੋਰ ਯਾਦਵ ਨੂੰ ਕੀਤਾ ਗਿਆ ਕਾਨਫਰੰਸ ਦੌਰਾਨ ਵਕਫ ਵਕ ਬੁਲਾਰਿਆਂ ਨੇ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਨੌਜਵਾਨੀ ਨੂੰ ਸੰਭਾਲਣ ਬਾਰੇ ਆਪਣੇ ਵਿਚਾਰ ਰੱਖੇ ਕਾਨਫਰੰਸ ਦੇ ਪਹਿਲੇ ਦਿਨ ਪੰਜਾਬ ਵਿੱਚ ਨੌਜਵਾਨਾਂ ਦੀ ਖੁਦਕੁਸ਼ੀ ਦਰ ਨੂੰ ਘਟਾਉਣ ਸੂਬੇ ਵਿੱਚ ਆਰਥਿਕ ਵਿਕਾਸ ਨੂੰ ਵਧਾਉਣ ਅਤੇ ਪੰਜਾਬ ਵਿੱਚ ਆਨਲਾਈਨ ਫ੍ਰੀਲੈਂਸਿੰਗ ਵਿਸ਼ੇ ਤੇ ਵਕਫ ਵਕ ਮਾਹਿਰਾਵਾਂ ਵੱਲੋਂ ਤਿਆਰ ਕੀਤਾ ਗਿਆ ਇੱਕ ਪਾਲਿਸੀ ਪੱਤਰ ਮੁੱਖ ਮਹਿਮਾਨ ਕਮਲਕਿਸ਼ੋਰ ਯਾਦਵ ਨੂੰ ਸੌਂਪਿਆ ਗਿਆ